ਅਸਲਾਮੁਆਲੇਕਮ ਪਾਇਨ ਵਾਅਲੈਕੁਮ ਸਲਾਮ ਜੀ ਜੁੱਤੀਆਂ ਦੀ ਦੁਕਾਨ ਹੈ ਨਾ ਨਹੀਂ ਮੋਬਾਈਲਾਂ ਦੀ ਦੁਕਾਨ ਹੈ ਨਹੀਂ ਆ ਲੱਗੇ ਮੋਬਾਈਲ ਹੀ ਲੱਗੇ ਇਨਸਨੈਕਸ ਦਾ ਵਖਾਓ ਜਿਹੜਾ ਨਵਾਂ ਆਇਆ ਵਨਨ ਹਲੋ ਮੀਨਫਲੈਕਸ ਬਿਲਕੁਲ ਹਲੋ 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 ਪਰ ਸਹੀ ਮੈਂ ਵੀ ਪਾਈ ਉਹ ਜੁੱਤੀਆਂ ਦੀ ਦੁਕਾਨ ਹੈ ਬੀਬੀ ਤੇ ਪਹਿਲੇ ਦਫਾ ਕੇ ਪੁੱਛਣ ਲੱਗੇ ਤਾਂ ਕਿਉਂ ਨਹੀਂ ਦੱਸਿਆ ਕਿ ਵੀ ਜੁੱਤੀਆਂ ਵਾਲੀ ਦੁਕਾਨ ਬਾਹਰੋਂ ਅੰਦਰ ਆਏ ਤੇ ਜੁੱਤੀਆਂ ਵੇਖਦੀ ਆਏ ਉਹਨਾਂ ਤੁਸੀਂ ਵੀ ਤਾਂ ਪਾਗਲ ਅੱਗੇ ਬੀਬੀਆਂ ਨੇ ਬਹੁਤ ਮੈਨੂੰ ਖਪਾਇਆ ਤਾਂ ਦੁੱਧ ਵੀ ਨਾ ਕਪਾਣਾ ਮਿਹਰਬਾਨੀ ਤੁਹਾਡੀ ਜੁੱਤੀ ਲੈਣੀ ਆ ਤੇ ਮੈਂ ਅੱਗੇ ਘਰੋਂ ਬੜੀ ਤੱਪੀ ਆਈ ਆ ਤੇਰੇ ਭਰਾ ਨਾਲ ਹੋਈ ਮੇਰੀ ਲੜਾਈ ਠੀਕ ਹੈ ਨਾ ਤੇ ਮੈਂ ਬੜੀ ਤੱਪੀ ਆਈ ਆ ਤੇ ਮਨੇ ਚੁੱਪ ਕਰਕੇ ਜਿਹੜੀ ਜਿਹੜੀ ਜੁੱਤੀ ਮੰਗਾ ਮੈਨੂੰ ਦੇਈ ਜਾਈ ਹੁਣ ਨਹੀਂ ਤੇ ਇਹ ਜੁੱਤੀਆਂ ਖੜ ਕੇ ਬਾਅਦ ਜੋ ਭਾਇ ਨੂੰ ਮਾਰਨੀ ਆ ਐਡੀ ਤੱਪੀ ਘਰੋਂ ਬੀਬੀ ਤੋਂ ਆਈ ਆ ਖਪਾ ਨਾ ਭਰਾਵਾ ਜਿਹੜੀ ਗੱਲ ਮੈਂ ਤੈਨੂੰ ਕਹਿਣ ਦੀ ਆ ਬਸ ਉਹਨਾਂ ਕੋਈ ਜਵਾਬ ਦੇ ਮੈਂ ਅੱਗੇ ਤੇਰੇ ਭਰਾ ਨਾਲ ਲੜੀ ਆਈ ਹਾਂ ਕਿਹੜੀ ਗੱਲੋਂ ਮੈਂ ਕਿ ਸ਼ਾਪਿੰਗ ਤੇ ਜਾਣਾ ਵਾ ਮੈਨੂੰ ਪੈਸੇ ਤੇ ਕਹਿੰਦਾ ਹਜੇ ਨਹੀਂ ਮਹੀਨੇ ਬਾਅਦ ਤਨਖਾਹ ਮਿਲੂਗੀ ਤੇ ਫੇਰ ਤੈਨੂੰ ਭੇਜੂਗਾ ਮੈਂ ਕਿ ਮੈਂ ਅੱਜ ਹੀ ਜਾਣਾ ਵਾ ਵਿਆਹ ਸਿਰ ਤੇ ਆ ਨਾ ਨਾ ਬੰਦੇ ਨੇ ਵਿਆਹ ਤੇ ਜਾਣਾ ਹੁੰਦਾ ਸ਼ਾਪਿੰਗ ਹੋਣੀ ਤੇ ਸ਼ੁਰੂ ਕਰਾਂਗਾ ਤੇ ਵਿਆਹ ਤੱਕ ਜਾ ਕੇ ਅਪੜਨ ਤੱਕ ਜੋ ਬੰਦਾ ਸ਼ਾਪਿੰਗ ਆਪਣੀ ਪੂਰੀ ਕਰੇ ਮਾੜੀ ਗੱਲ ਆ ਮਾੜੀ ਗੱਲ ਮਾੜੀ ਗੱਲ ਆ ਨਾ ਤੁਸੀਂ ਬੱਸ ਮੈਨੇ ਜੁੱਤੀਆਂ ਵਾ ਖਾਓ ਤੁਸੀਂ ਉਠੋ ਨਾ ਮੇਰੀ ਗੱਲ ਸੁਣੋ ਮੇਰਾ ਉਠੋ ਆ ਬਗੋ ਜੁੱਤੀ ਹੀ ਲੱਭੀਏ ਸਾਰੇ ਐਤ ਸਾਰੀ ਜੁੱਤੀ ਲੱਗੀ ਹੋਈ ਐ ਐਤ ਸਾਰੀ ਜੁੱਤੀ ਹੁਣ ਦੂਜੀ ਦੱਸਣਾ ਮੈਨੂੰ ਕਿ ਕਿਹੜੀ ਲੈਣੀ ਮੈਂ ਤੈਨੂੰ ਲਾ ਕੇ ਵਾ ਦੇਣੀ ਕੋਲਾਪੂਰੀ ਚੱਪਲ ਵਿਖਾਓ ਮੈਨੂੰ ਹਾਂ ਕੋਲਾਪੂਰੀ ਕੋਲਾ ਹੋਣੀ ਨਹੀਂ ਹੈ ਹੈ ਕੋਲਾਪੂਰੀ ਨਹੀਂ ਹੈ 7 75 ਵਿਖਾ ਦੋ 7 11 ਸਵੀਪਾਣਾ ਨੂੰ ਵਿਸ 7 ਆਪਾਂ ਦੀ ਜੁੱਤੀ ਪਾਉਂਦੇ ਤੇ ਨਾਖਣ ਨਹੀਂ ਹਜ਼ਮ ਹੋਣ ਦੇ ਚਲੋ ਕੋਈ ਜੋਸਟ ਐਪ ਜੁੱਤੀ ਵਿਖਾ ਦੋ ਮੈਨੂੰ ਜੂਸ ਕਿਹਾ ਹਾਂ ਸ਼ਾਜ਼ਾਨ ਜੁੱਤੀ ਵਿਖਾ ਦੋ ਹਾਂ ਸ਼ਾਜ਼ਾਨ ਜੁੱਤੀ ਸ਼ਾਜ਼ਾਨ ਜੁੱਤੀ ਹਾਂ ਐ ਸ਼ਾਜ਼ਾਨ ਜੁੱਤੀ ਕੀ ਅਲੋ ਸ਼ਿਦਾਨੀ ਦੀ ਅਲੋ ਤੇ ਕਾਜੀ ਸ਼ਿਦਾਨ ਜੱਟਲੀ ਉਹਨੇ ਸਟਾਪ ਆ ਦੇ ਤੁਹਾਨੂੰ ਨਾ ਪੀ ਗੇ ਬੈਲ ਤੁਸੀਂ ਚੈੱਕ ਕਰਕੇ ਨਹੀਂ ਰੱਖੀ ਮੈਂ ਤਾਂ ਚੈੱਕ ਕਰਕੇ ਰੱਖੀ ਮਾਲ ਮੰਦ ਹੈ ਨਾ ਅਸੀਂ ਯੂਜ਼ ਤੇ ਨਹੀਂ ਨਾ ਕਰਦੇ ਉਹਨਾਂ ਦੇ ਤੇ ਕਸਟਮਰ ਨੇ ਲੈਣਾ ਤੇ ਪੀਣਾ ਨਾ ਮੈਂ ਗੋਲੇ ਆ ਦੇ ਨਾਲ ਦਾ ਚਾਰ ਬਾਲਾ ਘਰ ਜਾ ਕੇ ਦਾ ਹਾਂ ਤੁਸੀਂ ਕਿ ਕਿ ਲਾ ਕਰਦੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਜੁੱਤੀਆਂ ਮੈਨੂੰ ਦਿਖਾਓ ਤੁਸੀਂ ਤੇਜ਼ਗਾਮ ਜੁੱਤੀ ਹੈ ਹਾਂ ਤੇਜ਼ਗਾਮ ਜੁੱਤੀ ਨਹੀਂ ਮੈਨੂੰ ਕਰਾਗਰਮ ਜੁੱਤੀ ਹੈ ਨਹੀਂ ਵੀ ਜਿਹੜੀ ਜੁੱਤੀ ਪਾ ਕੇ ਬੰਦਾ ਜੇ ਦੌੜੇ ਗੱਡੀ ਦੇ ਨਾਲ ਤੇ ਕਮੇਕਮ ਗੱਡੀ ਤੋਂ ਅੱਗੇ ਤੇ ਲੰਗੇ ਹੋ ਉਹ ਜੁੱਤੀ ਚਾਹੀਦੀ ਆ ਉਹਨੇ ਕਹਿੰਦਾ ਤੇਜ਼ਗਾਮ ਜੁੱਤੀ ਤੇਜ਼ਗਾਮ ਜੁੱਤੇ ਦਿਖਾਓ ਮੈਂ ਤੇਰੇ ਗੁਣ ਬੀਬੀ ਸੁਣਿਆ ਕਿ ਤੇਜ਼ਗਾਮ ਜੁੱਤੀ ਦੀ ਤੁਰਾ ਤੇਜ਼ਦਮ ਚਾਹ ਵੇ ਸੁਣੀ ਉਹ ਗਾਮ ਦਾ ਮਤਲਬ ਜੁੱਤੀ ਹੁੰਦਾ ਵਾ ਤੇਜ਼ ਗਾਮ ਸਮਾ ਸਟਾ ਹੈ ਜੁੱਤੀ ਮੈਨੂੰ ਰੇਲ ਕਾਰ ਹੈਗੀ ਮੇਰੇ ਕੋਲ ਸੀ ਪਾਕਿਸਤਾਨ ਐਕਸਪ੍ਰੈਸ ਹੈਗੀ ਮੇਰੇ ਕੋਲ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਤੁਹਾਡੇ ਭਰਾ ਤੋਂ ਖਿਜੀ ਆਈ ਆ ਘਰੋਂ ਹੀ ਉਹਦੇ ਤੋਂ ਖਿਜੀ ਆਈ ਹੈ ਸਾਨੂੰ ਕਿਉਂ ਖਿਜਾ ਆਉਂਦੇ ਮੈਂ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣ ਦੀ ਤੁਸੀਂ ਵਿਖਾਓ ਤੇ ਸਹੀ ਕੰਮ ਇਸ ਕੰਮ ਹੁਣ ਮੈਂ ਤੁਹਾਨੂੰ ਦਿਖਾਇਆ ਤੇ ਹਾਂ ਹੋਰ ਮੈਂ ਤੁਹਾਨੂੰ ਮਤਲਬ ਹੁਣ ਸ਼ੈਤਾਨ ਜੁੱਤੀ ਇਹ ਕਿੱਥੋਂ ਲੱਭਦੀ ਹੈ ਮੈਨੂੰ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਹੀ ਲੱਭੀ ਕਿਦੋਂ ਸ਼ੈਤਾਨ ਜੁੱਤੀ ਮੁਗਲੀਆ ਦੌਰ ਦਾ ਕੋ ਡਿਜ਼ਾਈਨ ਵਖਾਓ ਮੈਨੂੰ ਮੁਗਲੀਆ ਦੌਰ ਦਾ ਤੁਹਾਡੇ ਭਰਾ ਨੂੰ ਨਾ ਪੁਰਾਣੇ ਪੁਰਾਣੇ ਜ਼ੇਨ ਦਾ ਮਾਲਕ ਹੈ ਤੇ ਉਹਨੂੰ ਪੁਰਾਣੇ ਡਿਜ਼ਾਈਨ ਬੜੇ ਪਸੰਦ ਜੜੀ ਅਕਬਰ ਬਾਦਸ਼ਾਹ ਦੀ ਜੁੱਤੀ ਨਹੀਂ ਸੀ ਪਾਈ ਅਕਬਰ ਬਾਦਸ਼ਾਹ ਦਾ ਪਤਾ ਹੈ ਨਾ ਕੌਣ ਆ ਅਕਬਰ ਬਾਦਸ਼ਾਹ ਮੈਨੂੰ ਪਤਾ ਕੋਣ ਨਾ ਕੌਣ ਸੀ ਬਲਾ ਹਾਂ ਕੌਣ ਸੀ ਬਲਾ ਅਕਬਰ ਬਾਦਸ਼ਾਹ ਅਕਬਰ ਬਾਦਸ਼ਾਹ ਹੋਇਆ ਵਾ ਏਡੀ ਤੇ ਤੇਰੀ ਤਰੀਕ ਕਮਜ਼ੋਰ ਉਹਨਾਂ ਨੂੰ ਕੀ ਜਿਹੜੀ ਜੁੱਤੀ ਸ਼ਾਇਦ ਜੁੱਤੀ ਚਾਹੀਦੀ ਹਾਂ ਸ਼ਾਇਦ ਜੁੱਤੀ ਲਾਹੌਰ ਕਿਲੇ ਟੁਰ ਜਾ ਉੱਥੋਂ ਤੇ ਲੱਭ ਜਾਏਗੀ ਲਾਹੌਰ ਕਿਲੇ ਕੇ ਜਾਵਾਂ ਪੁਰਾਣੀਆਂ ਰੂਹਾਂ ਉੱਥੇ ਬੈਠੀਆਂ ਤੂਏ ਮੈਨੂੰ ਮੈਨੂੰ ਤਾਂ ਤੂੰ ਵੀ 150 ਸਾਲ ਪੁਰਾਣੀ ਰੂ ਲੱਗਣ ਲਈ ਜੋ ਤੈਨੂੰ ਕਿਸੇ ਕਿਸੇ ਗੱਲ ਦਾ ਤੂੰ ਅੱਗੇ ਆਣ ਹੀ ਨਹੀਂ ੜਿਆ ਮੈਂ ਤੈਨੂੰ ਕਹਿ ਨਹੀਂ ਫਲਾਣੀ ਜੁੱਤੀ ਵਿਖਾ ਫਲਾਣੀ ਜੁੱਤੀ ਵਿਖਾ ਮੈਨੂੰ ਲੱਗਦਾ ਤੇਰੀ ਦੁਕਾਨ ਚ ਮਾਲ ਨਹੀਂ ਹੈਗਾ ਮਾਲ ਹੀ ਆ ਹੋਰ ਵੀ ਮਤਲਬ ਮਤਲਬ ਤਸਵੀਰਾਂ ਟੰਗੀਆਂ ਹੀ ਆ ਇਹ ਫਜ਼ੂਲ ਮਾਲ ਆ ਜਿਹੜਾ ਅਸਲ ਕਮ ਮਾਲ ਆ ਪਾਰਾ ਤੇਰੇ ਕੋ ਹੈ ਨਹੀਂ ਇੱਕ ਜੁੱਤੀ ਵੀ ਉੱਦਾਂ ਦੀ ਨਹੀਂ ਹੈ ਤੇਰੇ ਕਿਹੜਾ ਮਾਲ ਦੇਈਦਾ ਤੈਨੂੰ ਪੈਰਾਸ਼ੂਟ ਜੁੱਤੀ ਹੈਗੀ ਹੈ ਪੈਰਾਸ਼ੂਟ ਜੁੱਤੀ ਹਾਂ ਜਿਹੜਾ ਇੰਜ ਕਰਕੇ ਥੱਲੇ ਮੈਂ ਹਵਾ ਤੋਂ ਥੱਲੇ ਛਾਲ ਮਾਰਾਂ ਤੇ ਜੁੱਤੀ ਦਾ ਬਟਨ ਨੱਪਾਂ ਤੇ ਇੰਜ ਕਰਕੇ ਜਿਹੜੀ ਹੈ ਨਾ ਜੁੱਤੀ ਖੁੱਲ ਜਾਵੇ ਤੇ ਮੈਂ ਥੱਲੇ ਡਿੱਗਣ ਤੋਂ ਬਚ ਜਾਵਾਂ ਉਹਨੂੰ ਕਹਿੰਦੇ ਪੈਰਾਸ਼ੂਟ ਨਹੀਂ ਤੇ ਤੂੰ ਉੱਤੋਂ ਛਾਲ ਖੈਰੀ ਮਾਰਨੀ ਹੈ ਮਤ ਭਾਗਲਾ ਤੂੰ ਖੁਦ ਖੁਸ਼ੀ ਕਰਨੀ ਤਦੋਂ ਪੈਰਾਸ਼ੂਟ ਹੀ ਲਿਲਾ ਹੈ ਕਿ ਜੁੱਤੀ ਦੀ ਬਜਾਇ ਪਿੱਛੇ ਹਾਰ ਰਗਾ ਜਦੋਂ ਛਾਲ ਮਾਰ ਲੈਂਗੇ ਪੈਰਾਸ਼ੂਟ ਖੋਲ ਲਈ ਉਦਾਂ ਕਹਿੰਦਾ 36 ਜੋ ਪੈਰਾਸ਼ੂਟ ਕਿਹੜੇ ਖੁੱਲਦੇ ਆ ਜੀ ਉਦਾਂ ਕਹਿੰਦਾ ਵੀ ਮੇਰੀ ਦੁਕਾਨ 'ਚ ਬੜਾ ਮਾਲ ਆ ਆ ਸਾਰਾ ਮਾਲ ਆ ਇਹ ਸਾਰਾ ਪੈਕ ਹੋਇਆ ਵੇ ਇਹ ਸਾਰਾ ਮਾਲ ਹੀ ਆ ਇਹ ਮਾਲਾ ਗੋਦਾਮ ਜਪਿਆ ਮਾਲ ਮਾਲ ਤਾਂ ਬੜਾ ਦਾ ਜਿਹੜੀ ਜੁੱਤੀ ਤੈਨੂੰ ਮੈਂ ਕਹਿੰਦੀ ਆ ਉਹ ਤੂੰ ਖਾਣ ਨਹੀਂ ਡਿਆ ਤੇ ਫਾਇਦਾ ਤੂੰ ਪਤਾ ਨਹੀਂ ਕਿਹੜੀ ਬਾਂਦਰ ਕੇ ਲਾ ਕੇ ਡੰਡਾ ਨਹੀਂ ਜੁੱਤੀ ਚਾਹੀਦੀ ਉਹ ਤੇ ਆ ਰਿਆ ਹਕੀਕਤ ਤੇ ਪਾਉਣ ਵਾਲੀ ਜੁੱਤੀ ਹੈ ਆਹੋ ਇਹ ਸਾਰੀਆਂ ਸਗੀਆਂ ਗਿੱਦੇ ਮੰਗਣੀ ਦੇ ਮਹਿੰਦੀ ਤੇ ਬਰਾਤ ਦੇ ਪਾਉਣ ਵਾਲੀਆਂ ਜੁੱਤੀਆਂ ਨੇ ਤੇ ਫੌਤਗੀ ਵਾਲੀਆਂ ਕਿੱਥੇ ਆ? ਹਾਂ ਫੌਤਗੀ ਤੇ ਪਾਉਣਾਂ ਨੇ ਕਿੱਥੇ? ਉਹ ਨੰਗੇ ਪੈਰੀ ਚਾਈ ਜਾਵਾ। ਨੰਗੇ ਪੈਰੀ ਕਿਉਂ? ਉਹ ਫੌਤਗੀ ਦੇ ਵੀ ਇਹ ਜੁੱਤੀਆਂ ਪਾਈਆਂ ਨੇ। ਵੇ ਵੀਦੂ ਉਹਦਾ ਆਪਣੇ ਖਸਮ ਦਾ ਗੁੱਸਾ ਮੇਰੇ ਤੇ ਕੱਢਣ ਆਈ ਹੈ ਜਾਂ ਮੈਨੂੰ ਵੀ ਉਹ ਜਾ ਵੇ ਭਰਾ ਮੈਂ ਅੱਗੇ ਬੜੀ ਖਿਜੀ ਆਈਆਂ ਤੇਰੇ ਭਰਾ ਨੇ ਬਹੁਤ ਤੰਗ ਕੀਤਾ ਮੈਨੂੰ ਅੱਗੇ ਸ਼ਾਪਿੰਗ ਦੇ ਉਹਨੇ ਥੋੜੇ ਜਿਹੇ ਪੈਸੇ ਦਿੱਤੇ ਐ ਤੇ ਤੂੰ ਉਹਦੀ ਗੱਲ ਇੱਕ ਪੰਜੂਸ ਬੰਦਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਕਸਮ ਤੂੰ ਉਹਦੀ ਗੱਲ ਸੁਣ ਲਿਆ ਕਰਾਂਗਾ ਨਾ ਤੈਨੂੰ ਤੰਗ ਕਰੇ ਨਹੀਂ ਤੇ ਤੈਨੂੰ ਮੈਂ ਦੇ ਰਿਆ ਤੇਰੇ ਪੈਸੇ ਮੈਂ ਸ਼ਾਪਿੰਗ ਕਰਿਆ ਆ ਕਰੂੰਗੀ ਨਹੀਂ ਤੇਰੇ ਭਰਾ ਨੂੰ ਤੰਗ ਕਰਦੀ ਨੇ ਲੈ ਮੇਰੇ ਭਰਾ ਨੂੰ ਤੰਗ ਤੇ ਮੈਂ ਤੇ ਤੈਨੂੰ ਜਾਣਦਾ ਤੂੰ ਪਹਿਲੀ ਵਾਰੀ ਆਈ ਮੇਰੀ ਦੁਕਾਨ ਤੇ ਤੇ ਮੈਂ ਤੇ ਤੈਨੂੰ ਪੈਸੇ ਦੇ ਦਿਆਂ ਲੋਕ ਇੰਜ ਦੀਆਂ ਮੁਲਤਾਨ ਦਾ ਬਖਾਵੇਂ ਹਾਂ ਮੁਲਤਾਨ ਦਾ ਮੁਲਤਾਨ ਦਾ ਵਾਵਾ ਆਲਾ ਆ ਵੀ ਮੁਲਤਾਨ ਦਾ ਵਾਵਾ ਮੁਲਤਾਨ ਤੋਂ ਅੱਗੇ ਜਿਹੜਾ ਕੋਈ ਸ਼ਹਿਰ ਆਂਦਾ ਹੁਣ ਉਹਦਾ ਵੀ ਬਖਾ ਦੇ ਉਹ ਮੈਨੂੰ ਨਾਂ ਨਹੀਂ ਯਾਦ ਆਉਂਦੇ ਤੈਨੂੰ ਮੈਂ ਡਾਇਰੈਕਟਰ ਕਰਾਚੀ ਆਲਾ ਨਾ ਬਖਾ ਦੇ ਆਲਾ ਆ ਡਾਇਰੈਕਟਰ ਕਰਾਚੀ ਬਹੁ ਜਰਾ ਜ ਕਿਸੇ ਨੂੰ ਇਹ ਨਾ ਵੇਰ ਨਹੀਂ ਇਹਨੂੰ ਤਾਂ ਤੜਕਾ ਹੀ ਨਹੀਂ ਲੱਗਾ ਸਹੀ ਮੈਂ ਤੈਨੂੰ ਕੀ ਦਾਲ ਦੇ ਦਿੱਤੀ ਹੈ ਜਿਹਨੂੰ ਤੜਕਾ ਨਹੀਂ ਲੱਗਾ ਕਿ ਅਲੀਮ ਹੈ ਇਸ ਤੋਂ ਵੱਡਾ ਵੀ ਬਖਾ ਖਸਾ ਹਾਂ ਇਸ ਤੋਂ ਵੀ ਵੱਡਾ ਵਖਾ ਇਸ ਤੋਂ ਵੱਡਾ ਕੀ ਕਰਨਾ ਵਖਾ ਤੂੰ ਲੈਣਾ ਵਾ ਹੋਰ ਕੀ ਕਰਨਾ ਵਾ ਹਾਏ ਨੀਲਾ ਰੰਗ ਤੇ ਮੈਨੂੰ ਜ਼ਰਾ ਪਸੰਦ ਨਹੀਂ ਮੇਰੇ ਕੋਈ ਕਲਰ ਵਖਾ ਪਰ ਹਾਂ ਨੀਲ ਕਰਾਈਆਂ ਨੀਲ ਗਾ ਮੇਰਾ ਤਨਮਨ ਨੀਲੋ ਨੀਲ ਪਤਾ ਨਹੀਂ ਕਿਨੇ ਤੈਨੂੰ ਐਨਾ ਕੁੱਟਿਆ ਕਿ ਤੇਰਾ ਤਨਮਨ ਹੀ ਨੀਲੋ ਨੀਲ ਕਰਦਾ ਅਗਲੇ ਆਵਾ ਆਵਾ ਇਹ ਨੀਲਾ ਰੰਗ ਚੱਲਦਾ ਹੀ ਬੜਾ ਵਾ ਮੈਨੂੰ ਇਹ ਪਤਾ ਨਹੀਂ ਹੈ ਮੈਨੂੰ ਨਹੀਂ ਪਸੰਦ ਨੀਲਾ ਰੰਗ ਨਾਲ ਤੇਰੇ ਭਰਾ ਨੂੰ ਵੀ ਨਹੀਂ ਚੰਗਾ ਲੱਗਦਾ ਸਮਝਿਆ ਫਿਰ ਉਹਨੂੰ ਲਾਲ ਬਦਾਂ ਉਨ ਨੂੰ ਲਾਲ ਰੰਗ ਪਸੰਦ ਆ ਲੇਕਿਨ ਮੈਨੂੰ ਨਹੀਂ ਪਸੰਦ ਤੇ ਦੀ ਲੜਾਈ ਰਹਿੰਦੀ ਤੇਰੀ ਭਰਾ ਖਸ਼ੋਰੀ ਚੱਪਲ ਵਖਾ ਪਸ਼ੋਰੀ ਚੱਪਲ ਹਾਂ ਖਸ਼ੋਰੀ ਚੱਪਲ ਵਖਾ ਕਿਦੇ ਵਾਸਤੇ ਤੇ ਤੇਰੇ ਭਰਾ ਵਾਸਤੇ ਓਏ ਜੈਂਸ ਨਹੀਂ ਮੇਰੇ ਕੋਲ ਲੇਡੀਜ਼ ਮਾਲ ਆ ਕੀ ਹੋ ਗਿਆ ਬੀਬੀ ਤੈਨੂੰ ਕਿਉਂ ਦਿਮਾਗ ਖਾਂਡ ਨਹੀਂ ਮੇਰਾ ਪੱਕਾ ਮਾਲ ਆ ਨਾ ਪੱਕੀ ਜੁੱਤੀ ਆ ਨਾ ਇਹ ਪੱਕੀ ਜੁੱਤੀ ਏ ਮੈਂ ਹੋਰ ਕਿੰਨੀ ਹੋਰ ਕਿੰਨੀ ਕੋ ਪੱਕੀ ਹੋਵੇ ਆ ਵੇ ਹੱਥ ਕਰ ਆ ਵੇ ਹਈ ਅਰੇ ਪੱਕੀ ਏ ਅਜੇ ਭਰਾ ਦੇ ਢਾਈ ਚੜ ਗਈ ਤੇ ਉਹਨੇ ਤੈਨੂੰ ਸੇਕ ਕੇ ਰਾ ਦੇਣਾ ਆ ਆਹੋ ਪੱਕੀ ਲੱਗਦੀ ਏ ਪੱਕੀ ਐ ਬਿਲਕੁਲ ਉਧਰ ਵੇਖ ਵਾ ਹਾਂ ਪੱਕੀ ਐ ਸਹੀ ਕਹਿਣਾ ਪ੍ਰਵਾਹ ਤਮੀ ਦੀ ਪ੍ਰਵਾਹ ਤੂੰ ਸਹੀ ਕਹਿਣਾ ਪੱਕੀ ਐ ਤੇ ਪੱਕੀ ਐ ਨਾ ਮੈਂ ਤੈਨੂੰ ਕਿਹਾ ਇਹ ਟੁੱਟਣੀ ਨਹੀਂ ਐ ਜਲਦੀ ਟੁੱਟਦੀ ਨਹੀਂ ਐ ਅੱਛਾ ਅੱਛਾ ਪ੍ਰਵਾਹ ਐ ਦੱਸ ਕਿ ਮੈਂ 7 ਨੰਬਰ ਪੈਰ 'ਚ ਜੇ 9 ਨੰਬਰ ਪਾਈਏ ਤਾਂ ਉਹਦਾ ਤਣਾ ਤੇ ਨਹੀਂ ਨਿਕਲਦਾ ਫੇਰ ਤਲਾਂ ਨਹੀਂ ਨਿਕਲਦਾ ਤੇਰਾ ਬੇੜਾ ਗਰਗ ਹੋ ਜਾਣਾ ਜਿਵੇਂ ਪੈਰ ਹੀ ਏਡਾ ਜਾਣਾ ਵਾ ਤੇ ਉਹਨੇ ਤਾਂ ਖੁੱਲ ਖੁੱਲ ਜਾਣਾ ਵਾ ਮਤਲਬ ਕਿ ਟਾਂਕੇ ਲੁਆਣੇ ਪੈਣੇ ਟੁੱਟ ਜਾਣੀ ਤੂੰ ਆਪ ਅਕਲ ਮੰਨਦਾ ਤੈਨੂੰ ਨਹੀਂ ਅਕਲ ਆਗੀ ਪਤਾ ਕੀ ਅਕਸਰ ਔਰਤਾਂ ਜੁੱਤੀਆਂ ਲੈ ਕੇ ਜਾਂਦੀਆਂ ਤੇ ਦੋ ਦਿਨ ਤੋੜ ਲੈਂਦੀਆਂ ਠੀਕ ਹੈ ਨਾ ਫਿਰ ਸੁਲੋਸ਼ਨ ਲਵਾਉਣਾ ਪੈਂਦਾ ਜਾ ਕੇ ਟਾਂਕੇ ਢੁਕੇ ਲਵਾਣੇ ਪੈਂਦੇ ਮੈਂ ਕਹਿੰਦੀ ਵੀ ਪੱਕੀ ਜੁੱਤੀ ਹੋਵੇ ਕਿ ਜਿਹੜੇ ਕੋਮਸ ਕਰਨ ਨਹੀਂ ਤੇ 8-10 ਸਾਲ ਲੰਘਣ ਉਹਦੇ ਨਾਲ 8-10 ਸਾਲ ਲੰਘਣ ਇੰਦੀ ਗਾਰੰਟੀ ਵਾਲੀ ਜੁੱਤੀ ਨਹੀਂ ਹੁੰਦੀ ਇਹ ਸਾਲ ਡੇਢ ਸਾਲ ਦੋ ਸਾਲ ਤਾਂ ਵੀ ਮਾਮੂਲੀ ਨਿਕਲ ਜਾਂਦਾ ਬੀਬੀ ਕੀ ਹੋ ਗਿਆ ਤੈਨੂੰ ਨੇ ਨਹੀਂ ਕਮਸ ਕਮ ਨਹੀਂ ਤੇ ਚਲੋ ਚਲੋ 8-10 ਸਾਲ ਨਹੀਂ ਤੇ 3 ਸਾਲ ਤੇ ਲੰਘਣਾ ਵੀ ਤੇਰੀ ਜ਼ਿੰਦਗੀ ਦੀ ਕੋਈ ਗਾਰੰਟੀ ਹੈ ਕਿ ਤੂੰ 8-10 ਸਾਲ ਜੂਣਾ ਵਾ ਅਗਲੇ ਪਿੰਡ ਦਾ ਹੈ ਪਤਾ ਨਾ ਤੈਨੂੰ ਨਾ ਮੈਨੂੰ ਭਰਾਵਾ ਇਨਸਾਨ ਦੀ ਤੇ ਗਾਰੰਟੀ ਨਹੀਂ ਚੀਜ਼ਾਂ ਤੇ ਤੇ ਗਾਰੰਟੀ ਦਿੰਦੇ ਹੀ ਆ ਨਾ ਅਗਲੇ ਕੋਈ ਵੀ ਚੀਜ਼ ਖਰੀਦਣ ਚਾਹੋ ਅਗਲੇ ਕਹਿੰਦੇ ਆ ਕਿ ਵੀ ਇਹ ਚੀਜ਼ ਮਹੀਨਾ ਕੱਢੂਗੀ ਜਾਂ 2 ਮਹੀਨੇ ਕੱਢੂਗੀ ਜਾਂ ਸਾਲ ਕੱਢੂਗਾ ਬੰਦ ਮੈਨੂੰ ਦਾਦਾ ਹੋ ਗਿਆ ਕਿ ਤੂੰ ਮੇਰੀ ਦੁਕਾਨ ਤੇ ਹੋਰ 3 ਮਿੰਟ ਨਹੀਂ ਕੱਢਣੇ ਕੀ ਮਤਲਬ ਚ ਤੈਨੂੰ ਮੈਂ ਕਹਿੰਦਾ ਤੂੰ ਜਾ ਕਿਉਂ ਕਿ ਤੂੰ ਘਰੋਂ ਖਪਾਉਣ ਆਈਆਂ ਮੈਨੂੰ ਮੈਂ ਤੇ ਅੱਗੋਂ ਤੇਰੇ ਭਰਾਤ ਲੋ ਘਰੋਂ ਪਹਿਲੀ ਖਪੀ ਆਈ ਆ ਤੂੰ ਅੱਗੋਂ ਮੈਨੂੰ ਫੇਰ ਖਪਾਈ ਜਾਣਾ ਉਹ ਮੇਰਾ ਕਿਹੜਾ ਨਾਮੁਰਾਦ ਭਰਾ ਜਿਹਨੇ ਤੈਨੂੰ ਖਪਾਇਆ ਵਾ ਤੇ ਮੇਰੇ ਪੇਛਾ ਪਾਤਾ ਮੇਰੇ ਨਾਲ ਭਈਤਾ ਤੈਨੂੰ ਜਾ ਵੀ ਵੀ ਤੂੰ ਕਿਸੇ ਹੋਰ ਦੁਕਾਨ ਤੋਂ ਚੀਜ਼ ਲੈ ਲੈ। ਚੰਨ ਤੇ ਜਾਣ ਵਾਲੀ ਜੁੱਤੀ ਹੈਗੀ ਭਰਾਵਾ। ਹੈ? ਚੰਨ ਤੇ ਜਾਣਾਂਗੇ। ਜਿਹੜੀ ਜੁੱਤੀ ਪਾ ਕੇ ਬੰਦਾ ਫੋਰਨ ਚੰਨ ਤੇ ਪਾਉਂਦਾ। ਨਹੀਂ ਮੇਰੇ ਕੋਲ ਸਿਰਜ ਖਾਨ ਵਾਲੀਆਂ ਜੁੱਤੀਆਂ ਹੈ। ਚੰਨ ਤੇ ਜਾਉਣ ਵਾਲੀ ਜੁੱਤੀ। ਹਾਂ ਤੂੰ ਗੱਤ ਨਹੀਂ ਸੀ ਕਰ ਰਿਹਾ ਭਰਾਵਾ। ਤੇ ਲੈ ਜਾ ਤੇ ਮਾਰ ਉਹਨੂੰ ਜਿਹੜਾ ਜਿਹਦੇ ਨਾਲ ਤੱਪ ਕੇ ਆਈਆਂ ਘਰੋਂ ਕਾ ਮੈਨੂੰ ਭਜਾਣ ਆਈਆਂ। ਮੈਨੂੰ ਉਹ ਹਾਂ ਜੁੱਤੀ ਜਿਹੜੀ ਪਾ ਕੇ ਬੰਦਾ ਚੰਨ ਤੇ ਜਾਂਦਾ ਵਾ। ਹੈ? ਉਹ ਇੱਕ ਚੰਨ ਤੇ ਜਾਣਾਂ ਦੀ ਜੁੱਤੀ ਹੈ ਹੁੰਦੀ। ਹੁੰਦੇ ਆ ਮੈਂ ਅப்சਰੰਗਰੇ ਦੇ ਜਦੋਂ ਜਾਂਦੇ ਆ ਚਾਨਤ ਮੈਂ ਦੇਖਣੀ ਉਹਨਾਂ ਨੇ ਬੂਟ ਡੈਡ ਸੋਨੇ ਪਾਏ ਹੁੰਦੇ ਆ ਓਏ ਉਹ ਡਰੈਸ ਹੁੰਦਾ ਵਾ ਪੂਰੇ ਦਾ ਪੂਰਾ ਉਹ ਪਤਾ ਨਹੀਂ ਕਿੱਥੇ ਤੂੰ ਵੇਚਦੀ ਹੈ ਜੇ ਤੈਨੂੰ ਇੰਨਾ ਨਹੀਂ ਉਹ ਪੂਰਾ ਮੂੰਹ ਤੇ ਵੀ ਚੜਿਆ ਹੁੰਦਾ ਪੂਰਾ ਇੱਕ ਮਾਸਕ ਹੁੰਦਾ ਵਾ ਉਹ ਹੁੰਦਾ ਵਾ ਬੂਟ ਸਿੰਗ ਸ਼ੌਂ ਦਾ ਬੂਟ ਹੈ ਨਹੀਂ ਮੇਰੇ ਕੋ ਪਿੰਗ ਪੌਂਗ ਦੇ ਹੈ ਨੇ ਨਹੀਂ ਨਹੀਂ ਆ ਜਿਹੜਾ ਆਪਣਾ ਜੈਕੀ ਚਾਨ ਨੇ ਪਾ ਕੇ ਤੇ ਪਤਾ ਨਹੀਂ ਕਿਹੜੀ ਫਿਲਮ ਵਿੱਚ ਫੈਟ ਕੀਤੀ ਆ ਉਹ ਬੂਟ ਹੈ ਨਾ ਮੈਂ ਤੇਰੇ ਭਰਾ ਵਾਸਤੇ ਲੈਣੇ ਉਤੇ ਨਾ ਫਾਈਟ ਕਰ ਤੂੰ ਤੇ ਅੱਗੇ ਦੁਖੀ ਹੋ ਗਏ ਆਂੀ ਪਤਾ ਨਹੀਂ ਕੋਈ ਚਪੇੜਾ ਚਪੂਣਾ ਕਾ ਆ ਗਿਆ ਆਂੀ ਇਹ ਕਰੋ ਅੱਲਾ ਮਾਫ ਕਰੇ ਮੈਨੂੰ ਕੋਣ ਹੋਵੇਗਾ ਚਪੇੜਾ ਮਾਰਨ ਨਾਲ ਕਿ ਆਪੋ ਦਾ ਸਿਰ ਦੇ ਵਾਲ ਨਾ ਸਾਰੇ ਨਾ ਦੂੰਗੀ ਜਿਹੜਾ ਮੈਨੂੰ ਚਪੇੜਾ ਮਾਰੂਗਾ ਐਡੀ ਜੁਰਤ ਨਹੀਂ ਦਿੱਤੀ ਐ ਐਡੀ ਜੁਰਤ ਮੇਰੇ ਬੰਦੇ ਦੇ ਵੀ ਨਹੀਂ ਹੈ ਕਿ ਮੈਨੂੰ ਚਪੇੜਾ ਮਾਰੇ ਤੇ ਉਹਦੀ ਕੀ ਗੱਲ ਮੈਂ ਕਰਨ ੜਿਆ ਤੇ ਕਰੋ ਐਵੇਂ ਲੜਦੀ ਆਂੀ ਇਹ ਬੋਲਦੀ ਭਈ ਲੜਦੇ ਉਹ ਤਾਂ ਮੈਂ ਖਿੱਚੀ ਆਂੀ ਮੈਂ ਮੈਨੂੰ ਸ਼ਾਪਿੰਗ ਦੇ ਪੈਸੇ ਨਹੀਂ ਦਿੰਦਾ ਉਹ ਫਿਰ ਤਾਂ ਮੈਨੂੰ ਕੋਈ ਜੁੱਤੀ ਬਖਵਾਉਣਾ ਨਹੀਂ ਆ ਕਿ ਨਹੀਂ ਭਰਾਵਾ ਮੇਰੇ ਦਿਮਾਗ ਖਾਈ ਜਾਣਾ ਤੂੰ ਉਹ ਠੇਰਦਾ ਤੈਨੂੰ ਜੰਨਾ ਮਟੇਰ ਵਹਾ ਦਿੱਤੀਆਂ ਤਨ ਜੁੱਤੀਆਂ ਮੈਂ ਮਾਣੂ ਬਿੱਲੀ ਦੀ ਜੁੱਤੀ ਕਿਹੜੀ ਇਹ ਸਾਫਟ ਜੁੱਤੀ ਆ ਵੇ ਇਹਦੇ ਥੱਲੇ ਅੰਡੇ ਰੱਖਿਆ ਇਹ ਬੱਚੇ ਦੇਗੀ ਬਿੱਲੀ ਬੱਚੇ ਦਿੰਦੀ ਏ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਤੈਨੂੰ ਚਿੜੀ ਦੇ ਚਿੜੀ ਵਰਗੀ ਤੇ ਨਹੀਂ ਗਿਆ ਕਿ ਚਿੜੀ ਡੰਡੇ ਘੜਾਲਾ ਜਾਂ ਕੁੱਪੜੀ ਏ ਹਨਮਾ ਅੱਛਾ ਸਾਫਟ ਗਿਆ ਤੈਨੂੰ ਸਾਫਟ ਮਾਣੂ ਬਿੱਲੀ ਸੱਚ ਅੱਛਾ ਬਿੱਲੀ ਵੀ ਤਾਂ ਬੱਚੇ ਦਿੰਦੀ ਆ ਜ਼ਾਹਰ ਆ ਤੇ ਬਿੱਲੀ ਬੱਚੇ ਦਿੰਦੀ ਆ ਹਾਂ ਹਾਂ ਏ ਬਿੱਲੀਰ ਦੀ ਜੁੱਤੀ ਐ ਆ ਬਿੱਲੀਰ ਦੀ ਜੁੱਤੀ ਐ ਵੇ ਹੱਥ ਤੇ ਫੇਰ ਨਾ ਨੂੰ ਇਹ ਤੇ ਫੇਰ ਇਹਦੀ ਖਾਲਾ ਆਰ ਵੀ ਕੋ ਜੁੱਤੀ ਵੀ ਖਾਲਾ ਆ ਤੂੰ ਲੈ ਜਾ ਐਦਾ ਤੈਨੂੰ ਬੜਾ ਫਾਇਦਾ ਹੋਣਾ ਵਾ ਇਹ 3-4 ਸਾਲ ਚੱਲ ਜਾਣੀ ਸਾਲ ਬਾਅਦ ਇਹਦੀ ਕਟਿੰਗ ਹੋਣੀ ਐ ਉਸ ਤੋਂ ਪਹਿਲੇ ਨਹੀਂ ਹੁੰਦੀ ਸਾਲ ਜੇ ਦੇ ਹਾਰ ਵਦਨੇ ਠੀਕ ਹੈ ਕਟਿੰਗ ਵੀ ਕਰਾਉਣੀ ਪੈਗੀ ਇਹਦੀ ਕਟਿੰਗ ਵੀ ਕਰਾਏਲੀ ਪੈਗੀ ਐਵੇਂ ਤੂੰ ਮੈਨੂੰ ਇੱਕ ਕਿਹਾ ਸੀ ਨਾ ਸ਼ਾਈ ਖਾਨਦਾਨ ਵਾਲੀ ਮੈਨੂੰ ਦੇ ਉਹ ਮੈਂ ਤੈਨੂੰ ਵਹਾਨ ਲਗਾਉ ਆ ਲੈ ਆ ਵੇ ਸ਼ਾਈ ਖਾਨਦਾਨ ਵਾਲੀ ਦੇ ਕੀ ਨਾਰਕਲੀ ਨੇ ਪਾਈ ਸੀ ਜੁੱਤੀ ਹਾਂ ਨਾਰਕਲੀ ਨੇ ਪਾਈ ਹਾਂ ਨਾਰਕਲੀ ਨੇ ਪਾਈ ਸੀ ਤੇ ਤੇਰੀ ਭੈਣ ਲੱਗਦੀ ਸੀ ਨਾਰਕਲੀ ਕੀ ਜੀ ਤੇਰੀ ਵੀ ਤੇਨੂੰ ਬੜਾ ਪੱਕਾ ਪਤਾ ਵੀ ਇਹ ਨਾਰਕਲੀ ਨੇ ਪਾਈ ਸੀ ਜੁੱਤੀ ਤੂੰ ਜੁੱਤੀ ਲੈਣੀ ਹੈ ਜਾਂ ਨਹੀਂ ਜੁੱਤੀ ਲੈਣੀ ਆ ਹੋਰ ਇੱਥੇ ਮੈਂ ਤੇਰੇ ਕੋਲ ਦਹੀਂ ਭੱਲੇ ਲੈਣ ਆਈ ਆ ਚਲੋ ਦੁਕਾਨ ਤੋਂ ਕਹਾਣੀ ਕਰ। ਦੁਕਾਨ ਕੱਤੋਂ ਖਾਨੀ ਕਰਾਂ। ਓ ਬੀਬੀ ਚਲ ਜਾ ਮੇਰੇ ਕੋਲ ਜੁੱਤੀ ਨਹੀਂ ਹੈਗੀ ਮੈਂ ਤੈਨੂੰ ਕਹਿ ਰਿਹਾ। ਤੈਨੂੰ ਜੁੱਤੀ ਮੈਂ ਲੈ ਕੇ ਜਾਣੀ ਕਿਵੇਂ ਨਹੀਂ ਹੈਗੀ ਆ ਦੁਕਾਨ ਸਾਰੀ ਭਰੀ ਪਈ ਐ ਤੂੰ ਇੱਕ ਕੰਮ ਦੀ ਆ। ਆ ਜਿਹੜੀਆਂ ਕੰਮਾਂ ਦੀਆਂ ਜੁੱਤੀਆਂ ਤੋਂ ਉੱਤੇ ਇੱਤੇ ਨਾ ਆਵਾਂ। ਤੂੰ ਤਾਂ ਕੰਮੀਆਂ ਜੁੱਤੀਆਂ ਤੂੰ ਥੱਲੇ ਲਾਈਆਂ। ਜਿਹੜਾ ਗਾਤ ਆਂਦਾ ਉਹਨੂੰ ਨੀ ਥਲਵੀਆਂ ਥਲਵੀਆਂ ਜੁੱਤੀਆਂ ਢੜ ਕੇ ਤੂੰ ਵਖਾਈ ਜਾਣਾ ਵਾ ਨਾ ਕੰਮੀਆਂ ਜੁੱਤੀਆਂ। ਆਖਾਂ ਕੰਮ ਕਰਦੀਆਂ ਜਿਹੜੀਆਂ ਮੈਨੂੰ ਕਹਿੰਗੇ ਮੈਂ ਤੈਨੂੰ ਲਾ ਦੇ ਨਾਲ ਕੰਮ ਆਲੀ ਐ ਜੁੱਤੀਆਂ ਨੂੰ ਭਾਂਡੇ ਧੋਂਦੀ ਓ ਕਪੜੇ ਧੋਂ ਇਹਦੇ ਤੇ ਚੜਕੇ ਇਹਦੇ ਤੇ ਚੜਕੇ ਦੇਦ ਕੋਤੇ ਇਹਦੇ ਤੇ ਲੱਗ ਜਿਆ ਮੈਂ ਨਹੀਂ ਤੈਨੂੰ ਜੁੱਤੀ ਛੁੱਤੀ ਦੇ ਸਕਦਾ ਮਿੱਤੋਂ ਕਿਉਂ ਨਹੀਂ ਦੇ ਸਕਦਾ ਮੈਂ ਅੱਗੇ ਆਪਣੇ ਬੰਦੇ ਤੋਂ ਖਪੀ ਆਈਆਂ ਭਰਾਵਾ ਮੇਰ ਨਾਲ ਬਹੁਤੀ ਗੱਲਾਂ ਕਰ ਮੈਂ ਜਿਹੜੀ ਜਿਹੜੀ ਜੁੱਤੀ ਕਹਿਣੀ ਮੈਨੂੰ ਇਹ ਜੁੱਤੀ ਦੇ ਬੜਾ ਤੇਰਾ ਬਰੀਂਜੀ ਦੇ ਕੇ ਲੋਰਗਾ ਮੂੰਹ ਤੇਰੀ ਮਿਹਰਬਾਨੀ ਟੁੱਟ ਜਾ ਤੇਰਾ ਵੀ ਬੜਾ ਜੱਜ ਨੇ ਥੋੜੇ ਰਗਾ ਮੂੰਹ ਮੈਨੂੰ ਇੰਜ ਦਿਆਂ ਦੱਲਾ ਨਾ ਕਰ ਮੈਨੂੰ ਜੁੱਤੀ ਵਿਖਾ ਬੜਾ ਜ਼ਰਾ ਨੁਕਰ ਜਿ ਸੁੱਟ ਪਰ ਆਲੇ سیمنٹ ਕਾਂਡੀ ਵਰਗਾ ਮੂਹਰ ਜੁੰਕਾ ਨਾ ਕਰ ਮੈਨੂੰ ਤੇ ਮੈਨੂੰ ਜੁੱਤੀ ਵਖਾਪ ਮੈਂ ਜੁੱਤੀ ਤੇਨੂੰ ਦੇਣਾ ਤੇ ਮੇਰੇ ਕੋ ਹੈ ਹੀ ਨਹੀਂ ਮੈਂ ਬਜੀ ਇੱਕ ਮਿੰਟ ਬੈਠੋ ਤੁਸੀਂ ਮੈਂ ਪਹਿਲੇ ਜੁੱਤੀ ਲੈ ਲਵਾਂ ਬਾਅਦ ਚ ਤੁਸੀਂ ਲੈਣਾ ਜੁੱਤੀ ਵਖਾਪਰਾਵਾ ਨਹੀਂ ਹਾਂ ਨਿਕਲੋ ਕਿਉਂ ਨਹੀਂ ਹੈ ਮੈਂ ਜੁੱਤੀ ਲੈਣਾ